ਕੰਮ ਤੇ ਠੀਕ ਹੈ ਜੋ ਕੁਛ ਕਰ ਰਹੇ ਹੈਗੇ ਆ, ਲੇਕਿਨ ਇਹਨਾਂ ਜਿੰਨਾ ਪੈਸਾ ਤੁਹਾਡੇ ਕਹਿ ਗਿਆ ਅਨੰਦਪੁਰ ਸਾਹਿਬ ਤੇ ਖਰਚ ਕੀਤਾ ਹੈ ਜੀ, ਪੰਜਾਬ ਤੇ ਖਰਚ ਕਰ ਰਹੇ ਹੈਗੇ ਆ, ਜੇ ਉਹ ਕਿਸੇ ਸਕੀਮ ਤੇ ਲਾ ਜਾਂਦਾ ਜਿਹਨਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ, ਕੁਛ ਚੰਗਾ ਕੰਮ ਹੁੰਦਾ ਜੀ। ਦੇਖੋ ਲੱਖਾਂ ਟਨ ਕਣਕ ਜਿਹੜੀ ਹੈਗੀ ਆ ਉਹ ਬਾਹਰ ਸੜ ਰਹੀ ਆ, ਲੇਕਿਨ ਲੋਕ ਭੁੱਖੇ ਮਰ ਰਹੇ ਆ, ਵੰਡੀ ਨਹੀਂ ਜਾ ਸਕਦੀ ਜੀ। ਸੁਪਰੀਮ ਕੋਰਟ ਨੇ ਕਿਹਾ ਮਨਮੋਹਨ ਸਿੰਘ ਜੋਬ ਤਾਂ ਨਹੀਂ ਵੰਡ ਸਕਦੇ ਅਸੀਂ ਜੀ। ਵੇਖ ਲਓ ਸਾਡੀ ਹਾਲਤ ਇਹ ਹੈਗੀ ਆ ਵੀ ਅਸੀਂ ਭਲਾ ਕੰਮ ਕੋਈ ਨਹੀਂ ਕਰਨਾ, ਅਸੀਂ ਉਹ ਕੁਛ ਹੀ ਕਰਨਾ ਜਿਹਦਾ ਲੋਕ ਭੁੱਖੇ ਮਰਨ। ਇਸ ਕਰਕੇ ਇਹ ਮੁੱਦੇ ਜਿਹੜਾ ਮੁੱਦਾ ਤੁਸੀਂ ਲਿਆ ਉਹ ਮੁੱਦਾ ਵਧੀਆ, ਲੇਕਿਨ ਯੋਗ ਜਿਹੜਾ ਮਾੜੀ ਚੀਜ਼ ਨਹੀਂ ਹੈਗੀ, ਯੋਗ ਚੰਗਾ, ਲੇਕਿਨ ਇਹਨੂੰ ਭਗਵਾਪਨ ਕਰਕੇ ਨਹੀਂ ਕਰਨਾ ਚਾਹੀਦਾ ਯੋਗ ਨੂੰ, ਯੋਗ ਨੂੰ ਤਾਂ ਐਕਸਰਸਾਈਜ਼ ਕਰਕੇ ਕਰਨਾ ਚਾਹੀਦਾ। ਧੰਨਵਾਦ ਤੁਹਾਡਾ ਮੁੱਦਾ ਲਿਆਉਣ ਲਈ। ਬਿਲਕੁਲ ਠੀਕ ਹੈ ਜੀ, ਭਗਵਾਪਨ ਨਹੀਂ ਹੋਣਾ ਚਾਹੀਦਾ ਭਗਵਾ ਕਰਨ, ਲੇਕਿਨ ਇਹਦੇ ਵਿੱਚ ਪ੍ਰੋਬਲਮ ਇਹ ਹੁੰਦੀ ਆ ਵੀ ਕਈ ਵਾਰ ਜਿਹੜੀ ਸਰਕਾਰ ਕੋਈ ਫੰਕਸ਼ਨ ਕਰਦੀ ਆ ਔਰ ਸ਼ਾਇਦ ਜਿਸ ਤਰ੍ਹਾਂ ਕਰਦੀ ਆ ਉਹਦੇ ਨਾਲ ਉਹਨੂੰ ਉਸ ਪਾਰਟੀ ਦੀ ਰੰਗਤ ਜਿਹੜੀ ਆ ਉਹ ਮਿਲ ਹੀ ਜਾਂਦੀ ਆ। ਮੇਰਾ ਖਿਆਲ ਆ ਕਿ ਇਸ ਫੰਕਸ਼ਨ ਵਾਸਤੇ ਸਰਕਾਰ ਨੂੰ ਚਾਹੀਦਾ ਸੀਗਾ ਕਿ ਉਹ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਹੀ ਇਨਵਾਈਟ ਕਰਦੇ। ਇਨਫੈਕਟ ਇਹਨੂੰ ਬਿਯੋਂਡ ਇੱਕ ਬੀਜੇਪੀ ਦਾ ਇਹ ਫੰਕਸ਼ਨ ਔਰਗਨਾਈਜ਼ ਕੀਤਾ ਜਾਣਾ ਸੀ ਅਤੇ ਇਸੇ ਤਰੀਕੇ ਨਾਲ ਜਾਣਾ ਚਾਹੀਦਾ ਸੀ, ਇਸੇ ਤਰੀਕੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਜ਼ਰੂਰ ਬੁਲਾਉਣਾ ਚਾਹੀਦਾ ਸੀਗਾ। ਜੇ ਇਨਵੀਟੇਸ਼ਨ ਜਿਹੜੀ ਆ ਉਹ ਨਰਿੰਦਰ ਮੋਦੀ ਹੁਣਾਂ ਨੂੰ ਗਈ ਆ ਅਤੇ ਸ਼ਾਇਦ ਇਨਵੀਟੇਸ਼ਨ ਜਿਹੜੀ ਆ ਉਹ ਡਾਕਟਰ ਮਨਮੋਹਨ ਸਿੰਘ, ਸੋਨੀਆ ਗਾਂਧੀ ਜਾਂ ਹੋਰ ਜਿਹੜੇ ਨੈਸ਼ਨਲ ਦੂਜੀਆਂ ਪਾਰਟੀਆਂ ਦੇ ਲੀਡਰ ਆ, ਬਿਹਾਰ ਦੇ ਲੀਡਰ, ਯੂਪੀ ਦੇ ਲੀਡਰ, ਵੈਸਟ ਬੰਗਾਲ ਦੇ ਲੀਡਰ, ਇਹਨਾਂ ਸਾਰਿਆਂ ਲੀਡਰਾਂ ਨੂੰ ਇਨਵਾਈਟ ਜਾਣੇ ਚਾਹੀਦੇ ਸੀ। ਸਿਮਿਲਰਲੀ ਪੰਜਾਬ ਦੇ ਜਿਹੜੇ ਬਾਕੀ ਪਾਰਟੀਆਂ ਦੇ ਲੀਡਰ ਜਿਵੇਂ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਮਨਪ੍ਰੀਤ ਬਾਦਲ ਜਾਂ ਭਗਵੰਤ ਮਾਨ ਜਾਂ ਜਿਹੜੇ ਵੀ ਬਾਕੀ ਜਿਹੜੇ ਲੀਡਰ ਆ, ਇਹਨਾਂ ਸਾਰਿਆਂ ਨੂੰ ਇਨਵਾਈਟ ਜਿਹੜੇ ਜਾਣੇ ਚਾਹੀਦੇ ਸੀ। ਇਹ ਫੰਕਸ਼ਨ ਜਿਹੜੇ ਆ ਇਹ ਸਾਂਝੇ ਫੰਕਸ਼ਨ ਹੁੰਦੇ ਆ, ਸਾਂਝਾ ਪੈਸਾ ਲੋਕਾਂ ਦਾ ਜਿਹੜਾ ਇਹਨਾਂ 'ਤੇ ਖਰਚ ਹੁੰਦਾ ਵਾ, ਸੋ ਇਹ ਕੋਈ ਇੱਕ ਪਰਟੀਕੁਲਰ ਸਿੰਗਲ ਪਾਰਟੀ ਜਿਹੜੀ ਆ ਉਹ ਇਹੋ ਜਿਹੇ ਫੰਕਸ਼ਨਸ ਨੂੰ ਉਹਨੂੰ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਵੀ ਉਹ ਉਹਨਾਂ ਨੂੰ ਹਾਈਜੈਕ ਕਰਕੇ ਆਪਣੀ ਪਾਰਟੀ ਦਾ ਰੰਗ ਦੇ ਦੇਣ।